ਤਾਂ ਹਾਂਜੀ ਦੋਸਤੋ, ਕੀ ਹਾਲ ਚਾਲ ਨੇ। ਇੱਕ ਹੋਰ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਤਾਂ ਦੋਸਤੋ, ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਅਤੇ ਕਰਨ ਔਜਲਾ ਬਾਰੇ। ਦੋਸਤੋ, ਜੇਕਰ ਤੁਸੀਂ ਵੀ ਇਹਨਾਂ ਦੋਨਾਂ ਸਿੰਗਰਾਂ 'ਚੋਂ ਕਿਸੇ ਸਿੰਗਰ ਦੇ ਕੱਟੜ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤਾਂ ਦੋਸਤੋ, ਹੁਣ ਬਿਨਾਂ ਟਾਈਮ ਵੇਸਟ ਕੀਤੇ ਕਰਦੇ ਹਾਂ ਵੀਡੀਓ ਨੂੰ ਸ਼ੁਰੂ। ਤਾਂ ਦੋਸਤੋ, ਤੁਹਾਨੂੰ ਪਤਾ ਹੋਵੇਗਾ ਕਿ ਕਰਨ ਔਜਲੇ ਦਾ ਅਤੇ ਸਿੱਧੂ ਮੂਸੇਵਾਲੇ ਦਾ ਇੱਕ ਇੱਕ ਸੌਂਗ ਅੱਜ ਰਿਲੀਜ਼ ਹੋਣਾ ਸੀ। ਸਭ ਤੋਂ ਪਹਿਲਾਂ ਕਰਨ ਔਜਲੇ ਦਾ ਸੌਂਗ ਪੂਰੇ 10 ਵਜੇ ਰਿਲੀਜ਼ ਹੋਣਾ ਸੀ, ਜਿਸ ਦਾ ਨੇਮ ਸੀ ਚੂ ਗੋਨ ਡੂ। ਦੋਸਤੋ, ਇਹ ਸੌਂਗ ਹੁਣ ਰਿਲੀਜ਼ ਵੀ ਹੋ ਚੁੱਕਿਆ ਹੈ ਅਤੇ ਉਹਨਾਂ ਦੇ ਇਸ ਸੌਂਗ ਨੇ ਕਈ ਵੱਡੇ ਰਿਕਾਰਡ ਵੀ ਆਪਣੇ ਨਾਮ ਕਰ ਲਏ ਹਨ। ਅਤੇ ਇਸ ਸੌਂਗ ਵਿੱਚ ਉਹਨਾਂ ਨੇ ਖਾਸ ਤੌਰ 'ਤੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਹੈ, ਉਹਨਾਂ ਦੇ ਫੈਨਸ ਵੱਲੋਂ ਇਹ ਖਬਰ ਫੈਲਾਈ ਗਈ ਹੈ। ਦੋਸਤੋ, ਪਹਿਲਾਂ ਗੱਲ ਕਰਦੇ ਹਾਂ ਕਰਨ ਔਜਲੇ ਵੱਲੋਂ ਬਣਾਏ ਗਏ ਰਿਕਾਰਡਸ ਬਾਰੇ। ਤਾਂ ਦੋਸਤੋ, ਤੁਹਾਨੂੰ ਦੱਸ ਦਿਓ ਕਿ ਕਰਨ ਔਜਲੇ ਦੇ ਇਸ ਸੌਂਗ ਨੂੰ ਹਾਲੇ ਰਿਲੀਜ਼ ਕੀਤਿਆਂ ਨੂੰ 20 ਮਿੰਟ ਹੀ ਹੋਏ ਹਨ ਅਤੇ ਉਹਨਾਂ ਦੇ ਇਸ ਸੌਂਗ ਨੇ ਤਕਰੀਬਨ 4,66,000 ਵਿਊ ਨੂੰ ਕ੍ਰੋਸ ਕਰ ਲਿਆ ਅਤੇ ਉਹਨਾਂ ਦੇ ਇਸ ਸੌਂਗ ਦੇ ਵਿਊ ਹੁਣ ਇਸ ਜਗ੍ਹਾ 'ਤੇ ਫ੍ਰੀਜ ਹੋ ਚੁੱਕੇ ਹਨ ਅਤੇ ਉਹਨਾਂ ਦੇ ਇਸ ਸੌਂਗ ਨੂੰ ਹੁਣ ਤਕਰੀਬਨ 1,67,000 ਦੇ ਕਰੀਬ ਲਾਈਕ ਅਤੇ 2,00,000 ਤੋਂ ਪਾਰ ਕਮੈਂਟਸ ਵੀ ਹੋ ਚੁੱਕੇ ਹਨ। ਦੋਸਤੋ, ਇਸ ਸੌਂਗ ਨੇ ਕਾਫੀ ਵੱਡੇ ਰਿਕਾਰਡ ਆਪਣੇ ਨਾਮ ਕਰ ਲਏ ਹਨ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਕਰਨ ਔਜਲੇ ਦਾ ਇਹ ਸੌਂਗ ਬਿਲਬੋਰਡ ਚਾਰਟ 'ਤੇ ਆਉਂਦਾ ਹੈ ਜਾਂ ਨਹੀਂ। ਅਤੇ ਨਾਲ ਦੀ ਨਾਲ ਦੋਸਤੋ, ਤੁਹਾਨੂੰ ਦੱਸ ਦਿਓ ਕਿ ਕਰਨ ਔਜਲੇ ਦੇ ਫੈਨਸ ਵੱਲੋਂ ਇਹ ਖਬਰ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਕਿ ਕਰਨ ਔਜਲੇ ਨੇ ਸਿੱਧੇ ਤੌਰ 'ਤੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਹੈ। ਦੋਸਤੋ, ਆ ਤੁਹਾਨੂੰ ਲੈ ਚੱਲਦੇ ਹਾਂ ਉਸ ਰਿਪਲਾਈ ਵੱਲ, ਜਿਸ ਵਿੱਚ ਕਹਿ ਰਹੇ ਨੇ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਹੈ। ਆਓ ਦੇਖੋ ਵੀਡੀਓ। ਦੋਸਤੋ, ਇਹ ਸੀ ਉਹ ਰਿਪਲਾਈ ਜੋ ਕਿ ਕਰਨ ਔਜਲੇ ਦੇ ਫੈਨਸ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਸਿੱਧੇ ਤੌਰ 'ਤੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਹੈ। ਦੋਸਤੋ, ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਆਉਣ ਵਾਲੇ ਸੌਂਗ ਬਾਰੇ ਜੋ ਕਿ ਪੂਰੇ 12 ਵਜੇ ਰਿਲੀਜ਼ ਹੋਣਾ ਹੈ। ਉਹਨਾਂ ਦੇ ਇਸ ਸੌਂਗ ਦਾ ਨੇਮ ਹੈ ਵਰਲਡ ਡਿਫਰੈਂਟ। ਦੋਸਤੋ, ਇਹ ਸੌਂਗ ਸਾਨੂੰ ਦੇਖਣ ਨੂੰ ਮਿਲੇਗਾ ਪੂਰੇ 12 ਵਜੇ ਅਤੇ ਇਸ ਸੌਂਗ ਦੀ ਸਾਨੂੰ ਆਡੀਓ ਹੀ ਦੇਖਣ ਨੂੰ ਮਿਲੇਗੀ। ਦੋਸਤੋ, ਜਿਸ ਤਰ੍ਹਾਂ ਕਰਨ ਔਜਲੇ ਦੇ ਫੈਨਸ ਵੱਲੋਂ ਇਹ ਖਬਰ ਫੈਲਾਈ ਗਈ ਕਿ ਕਰਨ ਔਜਲੇ ਨੇ ਸਿੱਧੂ ਮੂਸੇਵਾਲੇ ਨੂੰ ਆਪਣੇ ਸੌਂਗ ਵਿੱਚ ਰਿਪਲਾਈ ਕਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਹੁਣ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਵੀ ਇਹ ਖਬਰ ਫੈਲਾਈ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਵੀ ਆਪਣੇ ਇਸ ਰਿਪਲਾਈ ਦਾ ਬਦਲਾ ਲਵੇਗਾ ਕਰਨ ਔਜਲੇ ਤੋਂ। ਦੋਸਤੋ, ਹੁਣ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਆਪਣੇ ਸੌਂਗ ਵਿੱਚ ਕੀ ਰਿਪਲਾਈ ਲੈ ਕੇ ਆਉਂਦਾ ਹੈ ਕਰਨ ਔਜਲੇ ਲਈ। ਦੋਸਤੋ, ਜੇਕਰ ਤੁਹਾਨੂੰ ਇਹ ਸਾਡੀਆਂ ਅਪਡੇਟਸ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਨੈਕਸਟ ਵੀਡੀਓ, ਜਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।